ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਹਿਮੜ ਕੈਲੀਫੋਰਨੀਆ ਤੋਂ। ਅਸਲ ਵਿੱਚ ਆਉਂਦਾ ਕਿ ਅੰਦਰ ਕੁਝ ਅਖੌਤੀ ਪ੍ਰੋਫੈਸਰ ਅਤੇ ਵਿਦਵਾਨ ਜਿਹੜੇ ਗਾਹੇ ਬਗਾਹੇ ਦਸਮਗੰਧ ਦਾ ਪੰਗਾ ਛੇੜ ਕੇ ਔਰ ਦਸਮਗੰਧ ਬਾਰੇ ਗਲਤ ਪ੍ਰਚਾਰ ਕਰਕੇ ਸਿੱਖ ਧਰਮ ਨੂੰ ਦੁਵਿਧਾ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਲਗਾਤਾਰ ਲੱਗੇ ਹੋਏ ਨੇ, ਜਿਨ੍ਹਾਂ 'ਚ ਪ੍ਰੋਫੈਸਰ ਇੰਦਰ ਸਿੰਘ ਘੱਗਾ, ਗੁਰਚਰਨ ਸਿੰਘ ਬਰਾੜ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਵਰਗੀਆਂ ਮਹਾਨ ਸ਼ਖਸੀਅਤਾਂ ਵੀ ਸ਼ਾਮਿਲ ਨੇ। ਜਿਸ ਤਰ੍ਹਾਂ ਦੇ ਨਾਲ ਇਹ ਦਸਮ ਗ੍ਰੰਥ ਦੇ ਕੁਝ ਰਚਨਾਵਾਂ ਨੂੰ ਲੈ ਕੇ ਪੂਰੇ ਦਸਮ ਗ੍ਰੰਥ ਨੂੰ ਆਕਾਰ ਉਸਤਾਦ ਨੂੰ ਸਰਬ ਲੋਹ ਨੂੰ ਨਿਤਨੇਮ ਦੀਆਂ ਬਾਣੀਆਂ ਨੂੰ ਅੰਮ੍ਰਿਤ ਨੂੰ ਲੈ ਕੇ ਇਹਨੂੰ ਭੰਗ ਕਰਨ ਦੇ ਲਗਾਤਾਰ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ। ਇਹਨਾਂ ਦੇ ਦਸਮ ਗ੍ਰੰਥ ਉਠਾਏ ਗਏ ਸਵਾਲਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਹਨਾਂ ਦੀ ਮਨੋਸਥਿਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪ੍ਰੋਫੈਸਰ ਅੱਗੇ 2% ਦਾ ਇਨਸਾਨ ਇਹ ਕਿਸ ਤਰ੍ਹਾਂ ਮੀਟ ਮਾਇਨ ਫਿਰ ਕਰਨ ਦੀ ਮਦਦ ਰੱਖ ਸਕਦਾ ਹੋਏਗਾ। ਜਿਹਨੇ ਮੀਟ ਖਾਧਾ ਇਹਨੇ ਹਲਾਲ ਖਾਧਾ ਹੋਏਗਾ, ਹਲਾਲ ਖਾਧਾ ਅੰਮ੍ਰਿਤ ਦਾ ਹਿੱਸੇ ਕਿਹਾ, ਅੰਮ੍ਰਿਤ ਭੰਗ ਹੋਇਆ ਹੋਏਗਾ। ਪ੍ਰੋਫੈਸਰ ਅੱਗੇ 2% ਦਾ ਇਨਸਾਨ ਇਹ ਕਿਸ ਤਰ੍ਹਾਂ ਮੀਟ ਮਾਇਨ ਫਿਰ ਕਰਨ ਦੀ ਮਦਦ ਰੱਖ ਸਕਦਾ ਹੋਏਗਾ। ਜਿਹਨੇ ਮੀਟ ਖਾਧਾ ਇਹਨੇ ਹਲਾਲ ਖਾਧਾ ਹੋਏਗਾ, ਹਲਾਲ ਖਾਧਾ ਅੰਮ੍ਰਿਤ ਦਾ ਹਿੱਸੇ ਕਿਹਾ, ਅੰਮ੍ਰਿਤ ਭੰਗ ਹੋਇਆ ਹੋਏਗਾ। ਨਮਸਕਾਰ, ਮੇਰੇ ਭਾਈ ਆਪਕਾ ਵੀਡੀਓ ਦੇਖਾ ਜਿਸਮੇ ਆਪਣੇ ਵੋ ਟੋਪਿਕ ਉਠਾਇਆ ਹੈ ਕਿ ਸਿੰਘ ਇਜ਼ ਕਿੰਗ, ਜੋ ਉਦਘੋਸ਼ ਕੀਆ ਹੈ, ਜੋ ਘੋਸ਼ਣਾ ਕੀ ਹੈ, ਵੋ ਇਗੋਇਸਟਿਕ ਹੈ, ਗਮੰਡ ਸੇ ਭਰੀ ਹੋਈ ਹੈ। ਅੱਛਾ ਲੱਗਾ ਜੋ ਆਪਣੇ ਮੁੱਦਾ ਉਠਾਇਆ, ਆਪਣੇ ਬਤਾ ਅਕਸ਼ੇ ਕੁਮਾਰ ਨੇ ਪੈਸੇ ਬਣਾਏ, ਜੋ ਵੀ ਹੋਇਆ ਵਰਾਵਰ, ਲੇਕਿਨ ਬਾਤ ਕਰਤੇ ਕਰਤੇ ਮਿਡਲ ਸੇ ਐਂਡ ਤੱਕ ਜੋ ਆਪਕੀ ਹਾਲਤ ਜੋ ਹੋਈ ਹੈ ਬਿਲਕੁਲ ਰਜਨੀਸ਼ ਜੈਸੀ, ਖੁਦ ਹੀ ਕੀ ਬਾਤ ਮੈਂ ਆਪ ਉਲਝ ਕੇ ਰਹਿ ਗਏ ਹੋ। ਔਰ ਆਪਣੇ ਕਿਹਾ ਹੈ ਕਿ ਅਗਰ ਆਪ ਪੰਜਾਬ ਸੇ ਬਾਹਰ ਜਾਏਂਗੇ ਤੋ ਕੋਈ ਵੀ ਸਿੱਖੋਂ ਕੋ ਰਾਜਾ ਨਹੀਂ ਮਾਨੇਗਾ। ਰਾਜਾ ਕਾ ਅਰਥ ਹੋਤਾ ਹੈ ਰਾਜ ਕਰਨੇ ਵਾਲਾ, ਦੁਨੀਆ ਪੇ ਨਹੀਂ ਦਿਲੋਂ ਪੇ ਵੀ ਰਾਜ ਕਰਨੇ ਵਾਲਾ। ਸਿੰਘਾਂ ਦੀ, ਸ਼ਹੀਦਾਂ ਦੀ, ਵੀਰਾਂ ਦੀ, ਅਲੀਆਂ ਦੀ, ਵਲੀਆਂ ਦੀ, ਮੌਲੀਆਂ ਦੀ, ਰੱਬ ਨੂੰ ਮੰਨਣ ਵਾਲਿਆਂ ਦੀ, ਔਰ ਬੁੱਧ ਧਰਮ ਰੱਬ ਦੀ ਹੋਣ ਤੋਂ ਇਨਕਾਰ ਕਰਦਾ ਹੈ, ਔਰ ਹਿੰਦੁਸਤਾਨ ਦੀ ਧਰਤੀ ਦਾ ਕਣ ਕਣ ਤੂੰ ਹੀ ਦੇ ਗੁਣ ਗਾਉਂਦਾ ਹੈ, ਹਵਾਵਾਂ ਵਿੱਚ, ਪੱਤਿਆਂ ਵਿੱਚ ਪਰਮੇਸ਼ਵਰ ਦਾ ਵਾਸਾ ਹੈ, ਫਿਰ ਉਹ ਧਰਤੀ ਕਿਸੇ ਐਸੇ ਧਰਮ ਨੂੰ ਆਪਣੇ ਉੱਤੇ ਕਿਸ ਤਰ੍ਹਾਂ ਪਨਪਨ ਦਿੰਦੀ ਜਿਹੜਾ ਪਰਮਾਤਮਾ ਦੀ ਹੋਣ ਤੋਂ ਇਨਕਾਰੀ ਹੈ। ਸ਼ੰਕਰਾਚਾਰੀਆ ਦਾ ਚ ਕੋਈ ਲੈਣ ਦੇਣ ਨਹੀਂ, ਉਹ ਸਿਰਫ ਇੱਕ ਕਾਰਨ ਸੀ, ਬੁੱਧ ਧਰਮ ਦਾ ਪਤਨ ਹਿੰਦੁਸਤਾਨ ਚੋਂ ਬੁੱਧ ਧਰਮ ਦੇ ਆਪਣੇ ਵਿਚਾਰਾਂ ਕਰਕੇ ਹੀ ਹੋਇਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਸੱਚਾ ਕੀਤਾ, ਪੰਜਾਬ ਪਿਆਰਿਆਂ ਦਾ ਸੀਸ ਵੱਢ ਕੇ ਦੁਬਾਰਾ ਮੁੜ ਜੀਵਤ ਉਹਨਾਂ ਕੀਤਾ, ਉਹ ਇਹ ਕਲਾਮਾਤ ਸਾਹਿਬ ਨੇ ਦੇਖੀ ਹੋਈ ਹੈ। ਇਹਦੀ ਕਿਤਾਬ ਵੀ ਛਪੀ ਸੀ ਜਿਹਦੇ ਵਿੱਚ ਅਜਮਲ ਖਾਨ ਕਰਕੇ ਮੁਸਲਮਾਨ ਜਿਹੜਾ ਔਰੰਗਜ਼ੇਬ ਦਾ ਸੂਈਆ ਸੀਗਾ, ਉਸਨੇ ਇਹ ਪੂਰੀ ਰਿਪੋਰਟ ਉਹਨੂੰ ਭੇਜੀ ਹੈ, ਔਰ ਉਹਨੇ ਬਾਅਦ ਵਿੱਚ ਗੁਰੂ ਸਾਹਿਬ ਮਾਫ਼ੀ ਮੰਗ ਕੇ ਅਜਮੇਰ ਸਿੰਘ ਸਿੱਖ ਵੀ ਸੱਜ ਗਿਆ ਸੀਗਾ, ਉਹ ਹੀ ਸੂਈਆ ਔਰੰਗਜ਼ੇਬ ਦਾ। ਪਰ ਇਹ ਲੋਕ ਕਹਿੰਦੇ ਨੇ ਕਿ ਉੱਥੇ ਬੱਕਰੇ ਬੰਨੇ ਸੀ, ਚਲੋ ਮੰਨਿਆ ਬੱਕਰੇ ਬੰਨੇ ਸੀ, ਬੱਕਰੇ ਪੰਡਾਲ ਚ ਮਾਰੇ ਕਿਹੜੇ ਵੇਲੇ, ਚਲੋ ਮੰਨਿਆ ਮਾਰ ਵੀ ਲੈ, ਹੁਣ 5 ਬੱਕਰੇ ਨੇ ਕਿੱਥੋਂ ਲਿਆਂਦੇ ਹੋਣਗੇ, ਕੋਈ ਤੇ ਗਿਆ ਹੋਵੇਗਾ, ਕਿਸੇ ਦੇ ਮੁਲਕ ਆਇਆ ਹੋਵੇਗਾ, ਚਲੋ ਮੰਨਿਆ ਆਪਣੇ ਪਾਲੇ ਬੱਕਰੇ ਸੀਗੇ, ਸੋ ਇੱਕ ਬੱਕਰੇ ਸਿਰ ਵੱਢਿਆ ਤੇ ਬਾਕੀ ਬੱਕਰੇ ਪਿੱਛੇ ਮਿਹਨਤੀ ਕਿਉਂ ਨਾ। ਦੁਨੀਆਂ ਕੇ ਸਭੀ ਤਰਫ ਸੇ ਜੋ ਉਹਨੇ ਸਿੱਖੋ ਕੇ ਉੱਪਰ ਲਿਖਾ ਹੋਇਆ ਔਰ ਸਿੱਖੋ ਨੇ ਉਨਕੇ ਵਿਚਾਰੋਂ ਪੇ ਰਾਜ ਕੀਆ ਹੈ।
ਸਿੰਘਾਂ ਦੀ ਸ਼ਹੀਦੀ ਕਰੇਗੀ। ਲੋੜ ਨਹੀਂ ਹੈ, ਜਿਹੜੇ ਕਸ਼ਮੀਰੀ ਪੰਡਿਤ ਨੇ ਉਹਨਾਂ ਨੂੰ ਅਗਰ ਤੂੰ ਆਪਣੇ ਕਾਬੂ ਚ ਕਰ ਲਏ ਤਾਂ ਸਾਰਾ ਹਿੰਦੁਸਤਾਨ ਤੇਰਾ ਗੁਲਾਮ ਹੈ।